72 ਘੰਟੇ ਦੇ ਨੋਟਿਸ ਤੇ ਅੱਜ ਐਗਜੈਕਟਿਵ ਦੀ ਮੀਟਿੰਗ, ਇੱਕ ਬਹੁਤ ਜ਼ਰੂਰੀ ਗੋਚਰੇ ਲੱਗੀ ਸੀ ਅਤੇ ਉਹਦੇ ਲਈ ਮੀਟਿੰਗ ਅੱਜ ਸਾਰੇ ਮੈਂਬਰ ਸਾਹਿਬਾਨ ਉਹਦੇ ਵਿੱਚ ਹਾਜ਼ਰ ਹੋਏ। ਬੜੇ ਲੰਬੇ ਅਰਸੇ ਤੋਂ ਇਹ ਕਾਮ ਚਰਚਾ ਦਾ ਇਹ ਵਿਸ਼ਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਲਾਂਚ ਕਰੇ। ਦੁਨਿਆਵੀ ਤੌਰ ਤੇ ਬਹੁਤਿਆਂ ਸਾਰਿਆਂ ਨੇ ਸਾਨੂੰ ਇਹਦੇ ਬਾਰੇ ਰਾਇਆਂ ਦਿੱਤੀਆਂ ਆਪਣੀਆਂ, ਉਸ ਤੋਂ ਇਲਾਵਾ ਮੌਕੇ ਦੀ ਸਰਕਾਰ ਨੇ ਇੱਕ ਬੜੀ ਸੋਚੀ ਸਾਂਝੀ ਸਾਜਿਸ਼ ਤਹਿਤ ਸਿਰਫ ਇਸ ਗੱਲ ਨੂੰ ਕੈਸ਼ ਕਰਨ ਲਈ ਇੱਕ ਅਮੈਂਡਮੈਂਟ ਕਰ ਦਿੱਤੀ 125A ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ। ਉਹਦਾ ਪਰਪਜ ਕੇਵਲ ਤਾਂ ਕੇਵਲ ਸਿਆਸੀ ਰੋਟੀਆਂ ਬਟੋਰਨ ਦਾ ਸੀ, ਇਦੋਂ ਜ਼ਿਆਦਾ ਕੁਝ ਵੀ ਨਹੀਂ ਸੀ। ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਜਿਹੜੀ ਅੱਜ ਦੀ ਮੀਟਿੰਗ ਹੋਈ ਆ, ਅੱਜ ਤੋਂ ਲਗਭਗ ਸਵਾ ਸਾਲ ਪਹਿਲਾਂ 8/4/22 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਆਦੇਸ਼ ਹੋਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਯੂਟਿਊਬ ਲਾਂਚ ਕਰੇ। ਉਹਦੇ ਵਿੱਚ ਮੈਂ 11/4/22 ਨੂੰ ਇਮੀਜੀਏਟ 8/4 ਤੋਂ ਬਾਅਦ 11/4/22 ਨੂੰ ਮੈਂ ਇੱਕ ਇਹਨਾਂ ਦੀ ਕਮੇਟੀ ਦਾ ਗਠਨ ਕੀਤਾ ਜਿਹਦੀਆਂ ਲਗਭਗ ਜਿਹੜੀ ਪਹਿਲੀ ਮੀਟਿੰਗ ਆ ਉਹ 13/4/2022 ਨੂੰ ਹੋਈ। ਇਹ ਮੈਂ ਤਾਂ ਤੁਹਾਡੇ ਧਿਆਨ 'ਚ ਡੇਟ ਵਾਈਜ਼ ਲਿਆਉਣਾ ਚਾਹੁੰਦਾ ਕਿਉਂਕਿ ਕਾਰਵਾਈ ਦਾ ਹਿੱਸਾ ਆ ਅਤੇ ਜਿਹੜੇ ਅੱਜ ਕਈ ਕਿੰਤੂ ਪ੍ਰੰਤੂ ਵੀ ਕਰਦੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਿਸੇ ਵੀ ਆਦੇਸ਼ ਤੋਂ ਕਦੇ ਨਾ ਮੁਨਕਰ ਹੋਈ ਅਤੇ ਨਾ ਕਦੇ ਮੁਨਕਰ ਹੋਊਗੀ। ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਕੋਈ ਵੀ ਆਦੇਸ਼ ਹੋਵੇ ਉਹਨੂੰ ਉਹਦੇ ਉੱਤੇ ਆਪਣੇ ਯਤਨ ਕਰਦੀ ਆ ਕਿ ਉਹਨਾਂ ਦੇ ਉੱਤੇ ਪੂਰੀ ਉਤਰੇ ਅਤੇ ਇਹ ਪੂਰੇ ਉਤਰਨ ਦਾ ਅੱਜ ਜਿਹੜਾ ਆ ਮੀਟਿੰਗ ਦੇ ਵਿੱਚ ਇੱਕ ਸਿੱਟਾ ਨਿਕਲਿਆ। 13/4/22 ਤੋਂ ਬਾਅਦ ਫਿਰ ਮੀਟਿੰਗ ਹੋਈ ਇਹਨਾਂ ਦੀ 17/5/22 ਨੂੰ। 17/5/22 ਤੋਂ ਬਾਅਦ ਫਿਰ ਇਹਨਾਂ ਨੂੰ 16/6/2022 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਦਿੱਤੀ ਗਈ ਵੀ ਆਉਂਦੀਆਂ ਮੀਟਿੰਗਾਂ ਦੇ ਵਿੱਚ ਇਹ ਚੈਨਲ ਸੰਬੰਧੀ ਕੀ ਜਾਣਕਾਰੀ ਆ ਅਤੇ ਕਿੱਥੇ ਤੱਕ ਪਹੁੰਚੀ ਆ। ਉਹ ਤੋਂ ਬਾਅਦ ਫਿਰ 20/6/22 ਨੂੰ 22/6/22 ਨੂੰ ਫਿਰ ਦੁਬਾਰਾ ਇਹ ਸਾਬ ਕਮੇਟੀ ਦੀ ਇਸੇ ਸੰਬੰਧ ਵਿੱਚ ਮੀਟਿੰਗ ਹੋਈ ਜਿਹਦੀ ਜਾਣਕਾਰੀ 13/7/2022 ਨੂੰ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ। ਉਹ ਤੋਂ ਬਾਅਦ ਫਿਰ ਦੁਬਾਰਾ 6/9/22 ਨੂੰ ਮੀਟਿੰਗ ਹੋਈ, 4/11/22 ਨੂੰ ਮੀਟਿੰਗ ਹੋਈ, ਉਹ ਤੋਂ ਬਾਅਦ ਫਿਰ 30/11/22 ਨੂੰ ਨਾਲ ਦੀ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਨਾਲ ਦੀ ਨਾਲ ਇਹ ਰਿਪੋਰਟ ਭੇਜੀ ਜਾਂਦੀ ਰਹੀ ਤਾਂ ਕਿ ਉਹਨਾਂ ਦੀ ਜਾਣਕਾਰੀ ਹਿੱਤ ਜਿਹੜੇ ਅੱਜ ਕਹਿੰਦੇ ਆ ਕਿ ਜੀ ਸ਼੍ਰੋਮਣੀ ਕਮੇਟੀ ਦਾ ਹੁਕਮ ਨਹੀਂ ਮੰਨਦੀ, ਅਸੀਂ ਨਾਲ ਦੀ ਨਾਲ ਪ੍ਰੋਸੀਡਿੰਗ ਰਾਹੀਂ ਉਹਨਾਂ ਨੂੰ ਕਨਵੇ ਵੀ ਕਰਦੇ ਰਹੇ ਹਾਂ ਕਿ ਸਿੰਘ ਸਾਹਿਬ ਹੁਣ ਤੱਕ ਆਹ ਜਿਹੜੀ ਆ ਸਾਡੀ ਕਾਰਵਾਈ ਹੋਈ ਆ। ਉਹ ਤੋਂ ਬਾਅਦ ਫਿਰ ਜਿਹੜੀ 13/3/2023 ਨੂੰ ਮੀਟਿੰਗ ਹੋਈ, ਉਹ ਤੋਂ ਬਾਅਦ 18/2/2023 ਨੂੰ ਮੀਟਿੰਗ ਹੋਈ,
ਫਿਰ 10/4/23 ਨੂੰ ਮੀਟਿੰਗ ਹੋਈ। ਇਹ ਮੀਟਿੰਗਾਂ ਸੀਗੀਆਂ ਸੈਕਸ਼ਨ 85 ਤਹਿਤ। ਫਿਰ ਇਹਦੇ ਵਿੱਚ ਥੋੜ੍ਹੀ ਜਿਹੀ ਮੈਂ ਸੋਧ ਕਰਕੇ ਇਹ ਕਮੇਟੀ ਦੇ ਵਿੱਚ ਇੱਕ ਦੋ ਨਾਂ ਹੋਰ ਪਾ ਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਿਰ ਇਹ ਜਿਹੜੀ ਪਹਿਲੀ ਮੀਟਿੰਗ 12/6/2023 ਨੂੰ ਹੋਈ, ਜਿਹਦੇ ਵਿੱਚ ਗੁਰਬਾਣੀ ਪ੍ਰਸਾਰਨ ਲਈ ਸਮੇਂ ਦੀ ਲੋੜ ਅਨੁਸਾਰ ਸ਼ਰਤਾਂ ਤਿਆਰ ਕਰਕੇ ਜਲਦ ਹੀ ਟੈਂਡਰ ਦੀ ਕਾਰਵਾਈ ਵੱਲ ਵਧਣਾ ਚਾਹੀਦਾ ਹੈ। ਟੈਂਡਰ ਦੀ ਕਾਰਵਾਈ ਵੱਲ ਵੀ ਕੋਈ ਟੈਂਡਰ ਨਹੀਂ ਪਏ ਕਿਸੇ ਨੂੰ ਅਸੀਂ ਅਧਿਕਾਰ ਦੇਣਾ। ਟੈਂਡਰ ਕੀ ਸੀ ਕਿ ਸਾਡੇ ਕੋਲ ਇਮੀਡੀਏਟ ਇਸ ਵੇਲੇ ਮੈਨ ਪਾਵਰ ਵੀ ਨਹੀਂ ਐਕਸਪਰਟ, ਅਤੇ ਸਾਡੇ ਕੋਲ ਉਹ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਉਹਦੀ ਵੀ ਲੋੜ ਨਹੀਂ। ਇਹ ਨਹੀਂ ਮਤੇ ਸਮਝਣਾ ਵੀ ਅਸੀਂ ਸ਼ਾਇਦ ਉਹਦੇ ਲਈ ਇਹ ਕੀਤਾ, ਉਹਦਾ ਸਾਡਾ ਕਿਤਾਜ ਤਾਂ ਨਹੀਂ ਸੀਗਾ। ਇਹ ਸਿਰਫ ਅਸੀਂ ਫਿਰ ਟੈਂਡਰ ਮੰਗੇ, ਜਿਹੜੇ ਸਾਨੂੰ ਟੈਂਡਰ ਫਿਰ ਭੇਜੇ ਵੀ ਗਏ ਕਮੀਟੀਆਂ ਆਪਣੇ ਉਹਨਾਂ ਵੱਖ ਵੱਖ ਅਦਾਰਿਆਂ ਵੱਲੋਂ। ਸੋ ਉਹਦੇ ਵਿੱਚ ਇਹ ਮੀਟਿੰਗ ਹੋਈ। ਉਸ ਤੋਂ ਬਾਅਦ ਫਿਰ 27/6/23 ਨੂੰ ਮੀਟਿੰਗ ਹੋਈ। ਉਸ ਤੋਂ ਬਾਅਦ ਫਿਰ ਇਹ ਜਿਹੜੀ ਮੀਟਿੰਗ 4/7/2023 ਨੂੰ, ਉਸ ਤੋਂ ਬਾਅਦ 20/7/2023 ਨੂੰ, ਫਿਰ 11/7/23 ਨੂੰ, ਉਸ ਤੋਂ ਬਾਅਦ 13/7/2023 ਨੂੰ ਹੋਈ। ਹੁਣ ਉਹਦੇ ਮੀਟਿੰਗਾਂ ਤੋਂ ਵਿੱਚੋਂ ਅੱਜ ਜਿਹੜੀ ਸੀ ਸਾਰੀ ਰਿਪੋਰਟ ਸਮੁੱਚੇ ਤੌਰ 'ਤੇ ਸਬ ਕਮੇਟੀ ਦੀ ਰਿਪੋਰਟ ਨੂੰ ਭਾਵੇਂ ਇੰਡੋਰਸ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ ਹੁੰਦਾ, ਪਰ ਇਹ ਮੈਂਬਰ ਸਾਹਿਬਾਨ ਸਾਡੇ ਜਿਹੜੇ ਆ ਉਹਨਾਂ ਦੀ ਧਿਆਨ ਅਤੇ ਜਾਣਕਾਰੀ ਹਿੱਤ ਜਿਹੜਾ ਅੱਜ ਇਹ ਮੀਟਿੰਗ ਸੱਦੀ ਸੀ, ਸਾਰਿਆਂ ਨੇ ਇੱਕਜੁੱਟਤਾ ਦੇ ਨਾਲ, ਕਈ ਵਿਚਾਰਕ ਮਤਭੇਦ ਵੀ ਸਾਡੇ ਵਿਚਾਰਕ ਵੀ ਹੁੰਦੇ ਆ, ਪਰ ਇਸ ਦੇ ਉੱਤੇ ਸਾਰਿਆਂ ਨੇ ਮੋਹਰ ਲਾਈ ਆ। ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਕਿ ਇਹ ਜਿਹੜੀਆਂ ਇਕੱਤਰਤਾਵਾਂ ਹੋਈਆਂ, ਇਹਨਾਂ ਇਕੱਤਰਤਾਵਾਂ ਦੇ ਵਿੱਚ ਜਿਹੜੀ ਸਾਡੇ ਕੋਲ ਤਿੰਨ ਕੰਪਨੀਆਂ ਆਈਆਂ ਸੀ, ਤਿੰਨਾਂ ਕੰਪਨੀਆਂ ਨੇ ਸਾਨੂੰ ਜਿਹੜੀ ਲਮਹਾਸ ਸੈਟੇਲਾਈਟ ਸਰਵਿਸ ਲਿਮਿਟਡ ਨਵੀਂ ਦਿੱਲੀ, ਇਹਨੇ ਕਿਹਾ ਸਾਨੂੰ ਵੀ ਅਸੀਂ 21 ਲੱਖ ਰੁਪਈਆ ਪਲੱਸ GST ਮਹੀਨੇ ਦਾ ਲਵਾਂਗੇ, 4 ਕੈਮਰੇ ਲਾਂਚ ਕਰਾਂਗੇ ਅਤੇ ਅਸੀਂ ਮਹੀਨੇ ਦੇ ਇੰਨੇ ਪੈਸੇ ਲਵਾਂਗੇ। ਦੂਜੀ ਕੰਪਨੀ ਸੀ ਸਾਈਨ ਸਟਾਰ, ਉਹ ਸਾਈਨ ਸਟਾਰ ਵਾਲਿਆਂ ਨੇ 12,30,000 ਰੁਪਈਆ ਕਿਹਾ ਸੀ ਕਿ ਅਸੀਂ ਮਹੀਨੇ ਦਾ ਲਵਾਂਗੇ, ਮੈਨ ਪਾਵਰ ਸਾਡੀ ਹੋਊਗੀ ਅਤੇ ਕੈਮਰੇ ਵੀ ਸਾਡੇ ਹੋਣਗੇ। ਇੱਕ ਸਾਡੇ ਕੋਲ ਅਨੁਸਕ੍ਰਿਤੀ ਕਮਿਊਨੀਕੇਸ਼ਨ ਨਵੀਂ ਦਿੱਲੀ, ਇਹਨਾਂ ਨੇ ਆਪਣਾ ਟੈਂਡਰ ਜਿਹੜਾ ਆ ਇਹ 12 ਲੱਖ ਰੁਪਈਆ ਪਲੱਸ GST ਦਿੱਤੀ ਸੀ ਅਤੇ ਇਹਨਾਂ ਨੇ ਸਿਫਾਰਿਸ਼ ਕੀਤੀ ਸਾਰੀ ਇਹ ਜਿਹੜੀ ਸਬ ਕਮੇਟੀ ਸੀ ਕਿ ਸਭ ਤੋਂ ਘੱਟ ਟੈਂਡਰ ਇਹ ਜਿਹੜਾ ਅਨੁਸਕ੍ਰਿਤੀ ਕਮਿਊਨੀਕੇਸ਼ਨ ਦਾ ਇਹਨੂੰ ਅਸੈਪਟ ਕਰ ਲਿਆ ਜਾਣਾ ਚਾਹੀਦਾ। ਸੋ ਅੱਜ ਅਸੀਂ ਸਾਰੇ ਅਨੁਸਕ੍ਰਿਤੀ ਇਹਦੇ ਵਿੱਚ ਫਿਰ ਇਹਨਾਂ ਨੇ ਇਹ ਆਪਣੀ ਵੀ ਰਾਏ ਦਿੱਤੀ ਇੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਸਥਾਪਿਤ ਕਰਨਾ ਵੀ ਸਮੇਂ ਦੀ ਲੋੜ ਹੈ, ਇਹ ਵੀ ਸਿਫਾਰਿਸ਼ ਕੀਤੀ। ਇਸ ਲਈ ਤੁਰੰਤ ਪ੍ਰਕਿਰਿਆ ਆਰੰਭੀ ਜਾਵੇ, ਭਾਰਤ ਸਰਕਾਰ ਦੇ ਸਬੰਧਤ ਮੰਤਰਾਲੇ ਨਾਲ ਲਿਖਾ ਪੜ੍ਹੀ ਕੀਤੀ ਜਾਵੇ ਅਤੇ ਸੈਟੇਲਾਈਟ ਚੈਨਲ ਵਾਸਤੇ ਆਪਣਾ ਲਾਇਸੈਂਸ ਲੈਣ ਲਈ ਵਿਧੀਵਤ ਪਹੁੰਚ ਅਪਣਾਈ ਜਾਵੇ। ਇਸ ਕਾਰਜ ਵਾਸਤੇ ਲੋੜ ਅਨੁਸਾਰ ਆਪਣੀ ਕੰਪਨੀ ਬਣਾਉਣੀ ਪਵੇ ਤਾਂ ਉਹ ਵੀ ਬਣਾ ਲਈ ਜਾਵੇ। ਹੁਣ ਇਹ ਅੱਜ ਅਸੀਂ ਜਿਹੜਾ ਇੱਥੇ YouTube ਲਾਂਚ ਕਰਨਾ 24 ਤਰੀਕ ਤੋਂ ਅੰਮ੍ਰਿਤ ਵੇਲੇ ਜਿਹੜਾ ਆ ਉਹ ਸਾਡਾ ਚੈਨਲ ਜਿਹਦਾ ਨਾਂ ਰੱਖਿਆ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਅਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਗੋ ਆ ਉਹਦੇ ਥੱਲੇ SGPC, ਕਿਉਂਕਿ ਉਹਦੇ ਵਿੱਚ ਪੰਜਾਬੀ 'ਚ ਲਿਖਿਆ ਆ, ਉਹ ਮੋਟੇ ਅੱਖਰਾਂ ਵਿੱਚ ਲਿਖਿਆ ਜਾਊਗਾ
ਤਾਂ ਕਿ ਲੋਕਾਂ ਨੂੰ ਇਹ ਪਹਿਚਾਣ ਹੋ ਜਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਆ। ਇਹ ਜਿਹੜੀ ਸੈਟੇਲਾਈਟ ਦੀ ਪ੍ਰਕਿਰਿਆ ਆ, ਇਹ ਕਿਉਂਕਿ ਤੁਸੀਂ ਸਾਰੇ ਵੈਬ ਚੈਨਲਾਂ ਦੇ ਵਿੱਚ ਪਏ ਹੋ, ਤੁਹਾਨੂੰ ਮੇਰੇ ਤੋਂ ਵੱਧ ਪਤਾ, ਇਹ ਸਮੇਂ ਦੀ ਅੱਜ ਲੋੜ ਵੀ ਆ ਅਤੇ ਅਸੀਂ ਇਹਦੇ ਲਈ ਵਚਨਬੱਧ ਵੀ ਹਾਂ। ਅੱਜ ਅਸੀਂ ਇਹ ਵੀ ਵਾਅਦਾ ਕੀਤਾ ਕਿ ਅਸੀਂ ਇਹ ਛੇਤੀ ਸਾਰੀ ਪ੍ਰਕਿਰਿਆ ਪੂਰੀ ਕਰਾਂਗੇ, ਕਿਉਂਕਿ ਥੋੜ੍ਹਾ ਸਮਾਂ ਲੱਗ ਜਾਊਗਾ। ਅਸੀਂ ਕੱਲ੍ਹ ਹੀ ਇੱਕ ਈਮੇਲ ਵੀ ਬ੍ਰੌਡਕਾਸਟਿੰਗ ਮਨਿਸਟਰੀ ਨੂੰ ਭੇਜ ਦਿੱਤੀ ਆ, ਅਤੇ ਅੱਜ ਅਸੀਂ ਇੱਕ ਐਪਲੀਕੇਸ਼ਨ ਲਿਖ ਕੇ ਉਹਨਾਂ ਨੂੰ ਪਰਸਨਲ ਤੌਰ 'ਤੇ ਬ੍ਰੌਡਕਾਸਟਿੰਗ ਮਿਨਿਸਟਰ ਆਨਰੇਬਲ ਉਹਨਾਂ ਨੂੰ ਅਪਰੋਚ ਕਰਾਂਗੇ ਵੀ ਸਾਨੂੰ ਇੱਕ 5 ਮੈਂਬਰੀ ਜਿਹੜੀ ਆਲਰੇਡੀ ਸਬ ਕਮੇਟੀ ਬਣੀ ਆ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ, ਤਾਂ ਕਿ ਤੁਹਾਡੇ ਧਿਆਨ ਦੇ ਵਿੱਚ ਇਹ ਸਾਰੀ ਲਿਆ ਦਿੱਤੀ ਜਾਵੇ। ਉਹ ਤੋਂ ਇਲਾਵਾ ਇਹਦੇ ਵਿੱਚ ਸਾਨੂੰ ਕੰਸਲਟੈਂਟ ਵੀ ਰੱਖਣੇ ਪੈਣੇ ਆ। ਉਹ ਕੰਸਲਟੈਂਟ ਜਿਹੜੇ ਆਪਣੀ ਰਾਇ ਦੇਣਗੇ ਉਹ ਸਾਡਾ ਵੱਖਰਾ ਸਟਾਫ ਹੋਊਗਾ, ਉਹਦੇ ਲਈ ਇੱਕ ਮਹਿਕਮਾ ਸਾਡਾ ਵੱਖਰਾ ਹੋਊਗਾ, ਉਹ ਮਹਿਕਮੇ ਦਾ ਜਿਹੜਾ ਇਨਫਰਾਸਟ੍ਰਕਚਰ ਉਹਨਾਂ ਦੇ ਕਮਰੇ ਸਾਰੇ ਉਹ ਪ੍ਰਬੰਧ ਅਤੇ ਸਟੂਡੀਓ ਦਾ। ਇਹ ਮੂੰਹੋਂ ਕੱਢਣੀ ਗੱਲ ਬੜੀ ਸਖਾਲੀ ਹੁੰਦੀ ਆ। ਸ਼੍ਰੋਮਣੀ ਕਮੇਟੀ ਭਾਵੇਂ ਸਮਰੱਥ ਆ, ਪਰ ਕਿਉਂਕਿ ਜਿਹੜੇ ਨਵੀਆਂ ਆਉਂਦੀਆਂ ਖੋਜਾਂ ਅਤੇ ਉਹਦੇ ਵਿੱਚ ਫਿਰ ਸਾਡਾ ਜਿਹੜਾ ਸਟਾਫ ਆ ਉਹ ਨਵਾਂ ਵੀ ਕਈ ਵਾਰੀ ਸਾਨੂੰ ਸਥਾਪਿਤ ਕਰਨਾ ਪੈਂਦਾ, ਸੋ ਇਸ ਕਰਕੇ ਉਹਦੇ ਲਈ ਪ੍ਰਕਿਰਿਆ ਆਰੰਭ ਦਿੱਤੀ ਗਈ ਆ। ਗੁਰੂ ਸਾਹਿਬ ਕਿਰਪਾ ਕਰਨ, ਛੇਤੀ ਉਹਦੇ ਵਿੱਚ ਵੀ ਕਾਮਯਾਬ ਹੋਵਾਂਗੇ। ਇਹ ਚੈਨਲ ਦਾ ਨਾਂ ਰੱਖਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ। ਔਰ ਇਹ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਦੇ ਸਮੁੱਚੇ ਹੱਕ ਹਕੂਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪਾਸ ਹੀ ਸੁਰੱਖਿਅਤ ਰੱਖੇ ਜਾਣਗੇ। ਸਾਰੇ ਹੱਕ ਹਕੂਕ ਸ਼੍ਰੋਮਣੀ ਕਮੇਟੀ ਦੇ ਕੋਲ ਹੋਣਗੇ, ਕਿਸੇ ਦਾ ਉਹਦੇ 'ਤੇ ਕੋਈ ਏਕਾ ਅਧਿਕਾਰ ਨਹੀਂ ਹੋਊਗਾ, ਸਿਰਫ ਸ਼੍ਰੋਮਣੀ ਕਮੇਟੀ ਦਾ ਐਕਸਕਲੂਸਿਵ ਹਰ ਰਾਈਟ ਹੋਊਗਾ। ਵੈਬ, ਯੂਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਹੀ ਰੱਖੇ ਜਾਣ। ਇਹ ਇਹਨਾਂ ਦੀ ਸਿਫਾਰਸ਼ਾਂ 'ਤੇ ਅਸੀਂ ਇਹ ਮਨਜ਼ੂਰ ਕਰ ਲਈ ਆ ਕਿ ਸ਼੍ਰੋਮਣੀ ਕਮੇਟੀ ਦੇ ਪਾਸ ਹੀ ਰੱਖੇ ਜਾਣਗੇ। ਕਿਸੇ ਹੋਰ ਚੈਨਲ, ਵੈਬ ਚੈਨਲ, ਵੈਬਸਾਈਟ, ਸੋਸ਼ਲ ਮੀਡੀਆ ਉੱਤੇ ਗੁਰਬਾਣੀ ਪ੍ਰਸਾਰ ਨੂੰ ਆਪਣੇ ਤੌਰ 'ਤੇ ਹੀ ਰੀਡਾਇਰੈਕਟ, ਰੀਸਟ੍ਰੀਮ, ਡਾਊਨਲੋਡ ਜਾਂ ਅਪਲੋਡ ਕਰਨ ਦੇ ਅਧਿਕਾਰ ਨਹੀਂ ਹੋਣਗੇ। ਸੋ ਅਸੀਂ ਇਹ ਏਕਾ ਅਧਿਕਾਰ ਇਸ ਕਰਕੇ ਰੱਖਿਆ ਕਿ ਕੋਈ ਬੰਦਾ ਅੱਜ ਕਿਉਂਕਿ ਵਪਾਰੀਕਰਨ ਦਾ ਯੁੱਗ ਹੋ ਗਿਆ, ਆਹ ਹੁਣ ਅਸੀਂ ਦੇਖਦੇ ਥੋੜ੍ਹੇ ਦਿਨਾਂ ਤੋਂ ਕਈ ਕੀ ਕਰਦੇ ਆ ਕਿ ਇਹ ਜਿਹੜਾ ਚੈਨਲ ਜਿਹੜਾ ਉਹਦਾ ਆਪਣੇ ਕੀ ਹੁੰਦਾ ਏਰੀਅਲ ਨੂੰ ਕਰ ਲੈਂਦੇ ਚੋਰੀ ਕਰਕੇ, ਅਤੇ ਨਾਲ ਦੀ ਨਾਲ ਚਲਾਈ ਜਾਂਦੇ, ਨਾਲ ਐਡਾਂ ਵੀ ਆਪਣੀਆਂ ਜਿਹੜੀਆਂ ਉਹ ਦੇਈ ਜਾਂਦੇ ਆ। ਸੋ ਇਸ ਕਰਕੇ ਸਾਰੇ ਦਾ ਸਾਰਾ ਅਧਿਕਾਰ ਜਿਹੜਾ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਸਾਰੇ ਕੰਟੈਂਟ ਦੀ ਮਾਲਕੀ ਜਿਹੜੀ ਆ ਉਹ SGPC ਪਾਸ ਹੋਊਗੀ। ਕਾਪੀ ਰਾਈਟ ਵੀ ਜਿਹੜੇ ਆ ਉਹ ਸਾਰੇ SGPC ਦੇ ਪਾਸ ਹੀ ਹੋਣਗੇ। ਦੂਸਰੀ ਬੇਨਤੀ ਇਹ ਆ ਕਿ 23 ਤਰੀਕ ਤੱਕ ਸਾਡਾ, ਕਿਉਂਕਿ PTC ਦੇ ਨਾਲ GNX ਜਿਹੜਾ ਉਹ ਮੀਡੀਆ ਉਹਦੇ ਨਾਲ ਸਾਡਾ 23 ਤਰੀਕ ਨੂੰ ਜਿਹੜਾ ਆ ਉਹ ਸਾਡਾ ਐਗਰੀਮੈਂਟ ਜਿਹੜਾ ਆ ਉਹ ਖਤਮ ਹੋ ਰਿਹਾ, ਅਤੇ ਇਸ ਕਰਕੇ ਅੱਜ ਇਹ ਐਗਜੈਕਟਿਵ ਦੀ ਮੀਟਿੰਗ ਸੱਦ ਕੇ ਇਹ ਅੱਜ ਤੋਂ ਪੰਥ ਨੂੰ ਵੀ ਮੈਂ ਵਧਾਈ ਦਿੰਦਾ, ਅਤੇ ਮੈਂ ਇਹ ਵੀ ਆਸ ਰੱਖਦਾ ਕਿੰਤੂ ਪ੍ਰੰਤੂ ਨਹੀਂ ਮੁੱਕਣੇ, ਸਾਡਾ ਆਦਤ ਤੇ ਸੁਭਾਅ ਬਣ ਗਈ ਆ, ਪਰ ਅਸੀਂ ਵਚਨਬੱਧ ਹਾਂ। ਅਸੀਂ ਆਹ 24 ਤਰੀਕ ਤੋਂ ਅੰਮ੍ਰਿਤ ਵੇਲੇ ਤੋਂ ਗੁਰੂ ਕਿਰਪਾ ਕਰੇ, ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਚੈਨਲ ਲਾਂਚ ਹੋ ਗਿਆ। 24 ਤੋਂ ਅੱਜ ਤੋਂ ਐਲਾਨ ਕਰਤਾ, 24 ਤੋਂ ਇਹਦੀ ਵਰਕਿੰਗ ਸ਼ੁਰੂ ਹੋ ਜਾਊਗੀ। ਅਗਲੀ ਪ੍ਰਕਿਰਿਆ ਲਈ ਵੀ ਅਸੀਂ ਤਤਪਰ ਹਾਂ, ਅਤੇ ਉਹ ਵੀ ਗੁਰੂ ਸਾਹਿਬ ਕਿਰਪਾ ਕਰਨ ਛੇਤੀ ਜਿਹੜੀ ਆ ਉਹਨੂੰ ਵੀ ਬੂਰ ਪਾਉਣਗੇ।
ਸੋ ਇੰਨੀ ਕੁ ਅੱਜ ਦੀ ਸਾਡੀ ਜਿਹੜੀ ਇਹ ਮੀਟਿੰਗ ਆ ਇਹਦਾ ਸਾਰਾ ਅੱਜ ਦਾ ਏਜੰਡਾ ਸੀ ਇੱਕ ਨਿਕਾਤੀ। ਮੈਂ ਬਾਰ ਬਾਰ ਫਿਰ ਇੱਕ ਬੇਨਤੀ ਕਰਦਿਆਂ ਕਿ ਦੁਨਿਆਵੀ ਤਾਕਤਾਂ ਦੀ ਸਾਡੇ ਤੇ ਕੋਈ ਗੱਲ ਨਹੀਂ, ਇਹ ਕੇਵਲ ਦਾ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਅਸੀਂ। ਔਰ ਜੇ ਕੋਈ ਬੰਦਾ ਇਹ ਗੱਲ ਕਹੇ ਜਾਂ ਕੋਈ ਹੋਰ ਕਹੇ ਕਿ ਅਸੀਂ ਕਰਾ ਲਿਆ, ਮੈਂ ਕਹਿੰਦਾ ਇਹ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉਸ ਪਵਿੱਤਰ ਦਰ ਤੋਂ ਸਾਨੂੰ ਡਾਇਰੈਕਸ਼ਨ ਆਈ ਸੀ। ਜੇ ਇਸ ਡਾਇਰੈਕਸ਼ਨ ਲਈ ਫਰੋਮ ਦਾ ਡੇ ਵਨ 8-4 ਤੋਂ ਬਾਅਦ 11-4 ਪਹਿਲੀ ਮੀਟਿੰਗ ਕਰ ਲਈ ਸੀ। ਜਿਹੜੇ ਕਹਿੰਦੇ ਆ ਵੀ ਜੀ ਨਹੀਂ ਤਾਂ ਅਕਾਲ ਤਖ਼ਤ ਦੇ ਉਸ ਹੁਕਮ ਨੂੰ ਵੀ ਡਿਫਾਈ ਕੀਤਾ, ਉਹ ਹੁਕਮਨਾਮਾ ਨਹੀਂ ਸੀ, ਇੱਕ ਡਾਇਰੈਕਸ਼ਨ ਸੀ। ਅਤੇ ਉਸ ਡਾਇਰੈਕਸ਼ਨ ਦੇ ਤਹਿਤ ਅਸੀਂ ਆ ਘੱਟੋ ਘੱਟ 15 ਮੀਟਿੰਗਾਂ ਕੀਤੀਆਂ। ਇਹ ਔਨ ਰਿਕਾਰਡ ਆ, ਇਹ ਕੋਈ ਐਵੇਂ ਨਹੀਂ ਮੰਨ ਲਓ ਵੀ ਉਦਾਂ ਹੀ ਪਾਤੀਆਂ। ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾਲੋ ਨਾਲ ਜਾਣਕਾਰੀ ਵੀ ਦਿੰਦੇ ਰਹੇ ਹਾਂ। ਔਰ ਅੱਜ ਅਸੀਂ ਹੁਣ ਫਿਰ ਇੱਥੋਂ ਜਾ ਕੇ ਅਸੀਂ ਆ ਇੱਕ ਚਿੱਠੀ ਲਿਖੀ ਆ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ, ਇਹ ਜਾ ਕੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸਾਡੇ ਹੋਰ ਮੈਂਬਰ ਸਾਹਿਬਾਨ ਵੀ ਪਹੁੰਚੇ ਆ, ਉਹ ਅੱਜ ਜਾ ਕੇ 1 ਵਜੇ ਉਹ ਸਮੁੱਚੇ ਤੌਰ ਤੇ ਸਾਰੀ ਐਗਜੈਕਟਿਵ ਜਿਹੜੀ ਆ ਉਹ ਅੱਜ ਜਾ ਕੇ ਜਥੇਦਾਰ ਸਾਹਿਬ ਨੂੰ ਇਹ ਖੁਸ਼ਖਬਰੀ ਵੀ ਤੇ ਨਾਲ ਇੱਕ ਲੈਟਰ ਵੀ ਦੇਣਗੇ ਵੀ ਅਸੀਂ ਜੋ ਤੁਸੀਂ ਹੁਕਮ ਕੀਤਾ ਸੀਗਾ ਉਹ ਹੁਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੂਬ ਹੂ ਜਿਹੜਾ ਸਾਰਾ ਲਾਗੂ ਕੀਤਾ। ਸਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਜਕਾਰਾ ਵੀ ਤੁਸੀਂ ਛੱਡ ਦਿਓ, ਹੁਣ ਮੈਂ ਤਾਂ ਛੱਡਣਾ ਨਹੀਂ, ਇਧਰੋਂ ਕਹਾਂਗੇ ਆਪ ਹੀ ਛੱਡੀ ਜਾਂਦੇ ਆ ਵੀ 24 ਤਰੀਕ ਤੋਂ ਯੂਟਿਊਬ ਚੈਨਲ ਤੁਹਾਡਾ ਚਾਲੂ, ਇਹ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਸੈਟੇਲਾਈਟ ਆ ਉਹਦੇ ਲਈ ਪ੍ਰਕਿਰਿਆ ਦੇ ਵਿੱਚ ਮੈਂ ਆਪ ਵੀ ਇਸ ਗੱਲ ਦੇ ਵਿੱਚ ਦੌੜ ਭੱਜ ਕਰ ਰਿਹਾ। ਦੇਖੋ ਇੱਕ ਪਹਿਲੀ ਗੱਲ ਇਹ ਸੀ ਉਹਦੇ ਵਿੱਚ, ਇੱਕ ਤਾਂ ਸਾਡਾ ਐਗਰੀਮੈਂਟ ਆਲਰੇਡੀ ਚੱਲ ਰਿਹਾ ਸੀ, ਦੂਜੀ ਗੱਲ ਆ ਕਿ ਸਿਖਾਲਾ ਯੂਟਿਊਬ ਵੀ ਚਲਾਉਣਾ ਬਹੁਤ ਸੌਖਾ ਸੀ ਪਰ ਇਹਦੇ ਟੈਕਨੀਕਲੀ ਤੌਰ ਦੇ ਉੱਤੇ ਅਸੀਂ ਚਾਹੁੰਦੇ ਸੀ ਸੈਟੇਲਾਈਟ ਵਾਲਾ ਵੀ ਨਾਲ ਇਹ ਪ੍ਰੋਸੀਜਰ ਖੋਲੀਏ, ਉਹ ਅਸੀਂ ਇਸ ਕਰਕੇ ਜਾਣਕਾਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਨਾਲ ਦੀ ਨਾਲ ਦਿੰਦੇ ਰਹੇ ਹਾਂ। ਇੱਕ ਨਹੀਂ, ਦੋ ਨੇ, ਤਿੰਨ ਵਾਰੀ ਸਾਰੀ ਜਾਣਕਾਰੀ ਦਿੱਤੀ ਆ, ਕੋਈ ਨਹੀਂ, ਉਹ ਸਿਆਣੇ ਕਹਿੰਦੇ ਨਾ ਦੇਰ ਆਏ ਦਰੁਸਤ ਆਏ, ਪਰ ਆਪਾਂ ਨੂੰ ਇਹ ਗੱਲ ਮੰਨਣੀ ਪਊਗੀ। ਤੁਸੀਂ ਦੇਖੋ ਮੇਰੇ ਵੱਲ ਨੂੰ ਧਿਆਨ ਕਰਿਓ, ਹੁਣ ਅੰਮ੍ਰਿਤਪਾਲ ਇਹਦੇ ਨੂੰ ਧਿਆਨ ਕਰ, ਜਿਸਲੇ ਐਗਰੀਮੈਂਟ ਹੋ ਜਾਏ ਕਿਸੇ ਦੇ ਨਾਲ ਫਿਰ ਉਹ ਕਾਨੂੰਨ ਪ੍ਰਕਿਰਿਆ ਦੇ ਤੌਰ ਤੇ ਡਾਕੂਮੈਂਟ ਲਿਖਿਆ ਗਿਆ ਸੀ, ਉਹ ਤੋੜ ਨਹੀਂ ਸਕਦੇ। ਇਸ ਕਰਕੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਜਿਹੜੀ ਆ ਸੇਵਾ ਸ਼੍ਰੋਮਣੀ ਕਮੇਟੀ ਤੋਂ ਲੈ ਲਈ ਆ। ਇਹ 24 ਤੋਂ ਬਾਅਦ ਤੁਸੀਂ ਦੇਖੋਗੇ ਓਦਾਂ ਜਿੱਦਾਂ ਪਹਿਲਾਂ ਸੁਣਦੇ ਓਦਾਂ ਹੀ, ਦੋ ਕੁਝ ਸਮੇਂ ਲਈ ਓਦਾਂ ਹੀ ਸੁਣਗੇ। ਬੇਨਤੀ ਸੁਣ ਲਓ, ਕੋਈ ਕੋਈ ਵਾਅਦਾ ਨਹੀਂ ਦਿੱਤਾ ਗਿਆ, ਕੋਈ ਐਗਰੀਮੈਂਟ ਨਹੀਂ, ਫਰਦਰ 23 ਤੋਂ ਉਹ ਆਰਡਰ ਜਿਹੜਾ ਉਹ ਖਤਮ ਹੋ ਗਿਆ ਤੇ ਅਸੀਂ 24 ਤੋਂ ਕੀ ਕਰਨਾ ਉਹ ਤੁਹਾਨੂੰ ਸਾਰਾ ਪਤਾ ਲੱਗ ਜਾ। ਲੋਕਾਂ ਦੀ ਵਿਵਸਥਾ ਮੋਹਰੇ ਅਸੀਂ ਨਮਸਕਾਰ ਕਰਦੇ ਹਾਂ, ਲੋਕਾਂ ਦੀ ਆਸਥਾ ਨੂੰ ਨਹੀਂ ਤੋੜਾਂਗੇ, ਪਰ ਉਹਦਾ ਅਸੀਂ ਇੱਕ ਬਾਇਓਮੀਡੀਆ ਕੱਢਿਆ, ਜਿੰਨਾ ਚਿਰ ਸੈਟੇਲਾਈਟ ਸਾਡਾ ਨਹੀਂ ਹੁੰਦਾ ਉਹਦੇ ਵਿੱਚ ਫਿਰ ਅਸੀਂ ਤੁਹਾਨੂੰ ਉਹ 24 ਨੂੰ ਉਹਦਾ ਸਾਰਾ ਜਿਹੜਾ ਤੁਹਾਨੂੰ ਉਹਦੀ ਬਣਤਰ ਸਾਰੀ ਮਿਲ ਜਾਊਗੀ ਮੋਹਰੇ। ਅਸੀਂ ਸਿਰਫ ਐਕਸਕਲੂਸਿਵ ਰਾਈਟ ਆਪਣੇ ਕੋਲ ਰੱਖੇ ਆ, ਇਹਦਾ ਕਾਰਨ ਬਹੁਤ ਵੱਡਾ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਂਡੀਕੈਪਡ ਸੰਸਥਾ ਨਹੀਂ, ਇਹ ਠੀਕ ਆ ਵੀ ਕਿਉਂਕਿ ਇਲੈਕਟ੍ਰੋਨਿਕਸ ਦਾ ਯੁੱਗ ਆ ਗਿਆ, ਉਸ ਵੇਲੇ ਸਾਡੇ ਜਿਹੜੇ ਪ੍ਰਧਾਨ ਉਹ ਸਾਡੇ ਤੋਂ ਬਹੁਤ ਸਿਆਣੇ ਸੀ, ਉਹਨਾਂ ਨੇ ਯਤਨ ਵੀ ਕੀਤਾ ਪਰ ਕਿੰਨੀ ਜੱਦੋ ਜਹਿਦ ਹੋਈ ਤੁਹਾਨੂੰ ਪਤਾ,
ਇੱਕ ਚੈਨਲ, ਦੋ ਚੈਨਲ, ਤਿੰਨ ਚੈਨਲ, ਚਾਰ ਚੈਨਲ, ਕਈ ਦਾ ਜਵਾਬ ਵੀ ਵਿਚਾਰੇ ਦੇ ਗਏ। ਪਰ ਹੁਣ ਅਸੀਂ ਆਪ ਮਹਿਸੂਸ ਕੀਤਾ, ਅਸੀਂ ਆਪਣਾ ਸੈਟੇਲਾਈਟ ਚਲਾ ਕੇ ਘਰ ਘਰ ਦੇ ਵਿੱਚ ਜਿੱਥੇ ਵੀ ਗੁਰਬਾਣੀ ਜਿਹੜੀ ਪਹੁੰਚਾਉਣੀ ਪਈ ਉਹ ਪਹੁੰਚੂਗੀ, ਜਿੱਦਾਂ ਅੱਜ ਪਹੁੰਚਦੀ ਆ ਫ੍ਰੀ ਆਫ ਕੋਸਟ। ਇਹਦੇ ਲਈ ਅਸੀਂ ਬਿਲਕੁਲ ਵਚਨਬੱਧ ਹਾਂ। ਉਹਨੂੰ ਲਗਭਗ, ਕਿਉਂਕਿ ਅਸੀਂ ਐਕਸਪਰਟਾਂ ਤੋਂ ਸਾਰੀ ਰਾਇ ਲਈ ਆ, ਮੈਂ ਕਮੇਟੀ ਅੱਜ ਬਣਾ ਦਿੱਤੀ ਆ, ਉਹਦੇ ਵਿੱਚ ਇੱਕ ਤਾਂ ਕਮੇਟੀ ਸਾਡੇ ਆਹੀ ਮੈਂਬਰ ਹੋਣਗੇ ਪੰਜ, ਉਹ ਤੋਂ ਇਲਾਵਾ ਕੰਸਲਟੈਂਟ ਅਸੀਂ ਦੋ ਤਿੰਨ ਹਾਇਰ ਕਰ ਰਹੇ ਹਾਂ। ਉਹਦੇ ਨਾਲ ਜਿਹੜਾ ਲੀਗਲ ਪ੍ਰੋਸੈਸ ਆ ਜਿਹੜਾ ਚੱਲਣਾ, ਉਹ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਆ ਵੀ ਤਿੰਨ ਕੁ ਮਹੀਨੇ ਦੇ ਵਿੱਚ ਸਾਰਾ ਜਿਹੜਾ ਆ ਉਹ ਹੋ ਜਾਊਗਾ। ਜੇ ਉਹਦੇ ਵਿੱਚ ਕੋਈ ਜਦੋ ਜਹਿਦ ਦੇ ਵਿੱਚ ਕਈ ਵਾਰੀ ਕੋਈ ਥੋੜ੍ਹਾ ਟਾਈਮ ਲੱਗ ਜਾਂਦਾ, ਪਰ ਅਸੀਂ ਕਰਾਂਗੇ ਇਹਨੂੰ, ਅਤੇ ਉਹ ਕੰਸਲਟੈਂਟ ਬੈਠ ਕੇ ਸਾਰਾ ਇੱਕ ਵਾਰੀ ਮੀਟਿੰਗਾਂ ਕਰਕੇ ਪ੍ਰਸਾਰਣ ਦਾ ਸਪੈਨ ਅਸੀਂ ਇਹ ਵੀ ਇਹ ਕੀਤੀ ਆ ਵੀ ਸ਼ਾਇਦ ਸ਼ਾਮ ਦਾ ਅਸੀਂ ਥੋੜ੍ਹਾ ਜਿਹਾ ਵਧਾਈਏ, ਪਰ ਉਹ ਸਲਾਹ ਕਰਾਂਗੇ ਸਬ ਕਮੇਟੀ ਪੇ, ਕਿਉਂਕਿ ਗੁਰੂ ਪਾਤਸ਼ਾਹ ਜੀ ਜ਼ਿਲ੍ਹੇ ਸੱਚਖੰਡ 'ਚੋਂ ਤੁਰਦੇ ਆ, ਗੁਰੂ ਪਾਤਸ਼ਾਹ ਬਿਰਾਜਮਾਨ ਹੁੰਦੇ ਸੱਚਖੰਡ ਜਾ ਕੇ, ਉਹ ਅਸੀਂ ਚਾਹੁੰਦੇ ਸੀ ਥੋੜ੍ਹਾ ਜਿਹਾ, ਪਰ ਇਹ ਸਬ ਕਮੇਟੀ ਦੇ ਸਪੁਰਦ ਕੀਤਾ ਵੀ ਜਿਵੇਂ ਜਿਵੇਂ ਸਮੇਂ ਦੇ ਵਿੱਚ ਅਮੈਂਡਮੈਂਟਾਂ ਦਿੰਦੇ ਜਾਣਗੇ ਉਸ ਹਿਸਾਬ ਦੇ ਨਾਲ ਫਿਰ ਉਹ ਅਮੈਂਡਮੈਂਟ ਜਿਹੜੀ ਕਰ ਲਈ। ਕੋਈ ਨਾ ਜਿਹੜਾ ਜਿਹੜੇ ਕੋਈ ਉਹ ਕੋਈ ਇਹ ਐਡ ਦੀ ਸਟੇਜ, ਦੇਖੋ ਮੇਰੀ ਬੇਨਤੀ ਸੁਣੋ, ਤੁਸੀਂ ਹੁਣ ਬੈਠੇ ਸਿਆਣੇ, ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪੈਸੇ ਕਮਾਉਣ ਵਾਲੀ ਸੰਸਥਾ ਨਹੀਂ, ਆਹ ਹੜ੍ਹ ਚੱਲੇ ਆ, ਸ਼੍ਰੋਮਣੀ ਕਮੇਟੀ ਕੋਈ ਆਸਾਨ ਨਹੀਂ ਕਰਦੇ ਕੌਮ ਦੇ ਉੱਤੇ, ਪੰਜਾਬੀਅਤ 'ਤੇ ਵੀ ਕੋਈ ਆਪਾਂ ਆਸਾਨ ਨਹੀਂ ਕਰਦੇ। ਸਿਰਫ ਗੁਰੂ ਸਿਧਾਂਤ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਲਾਇਆ ਸੀ ਉਹ ਤੁਰ ਕੇ, ਉੱਥੇ ਦਵਾਈਆਂ ਦੀ ਲੋੜ ਪਈ ਭੇਜੀ ਆ। ਕੱਲ੍ਹ ਮੈਂ ਫਤਿਹਗੜ੍ਹ ਜਾ ਕੇ ਆਇਆ, ਅਸੀਂ 25 ਜਿਹੜੇ ਸੈਂਟਰ ਸਥਾਪਿਤ ਕੀਤੇ ਆ, ਜਿਨ੍ਹਾਂ ਦੇ ਵਿੱਚ ਅਸੀਂ ਕਿਹਾ ਵੀ ਤੁਸੀਂ ਹਰਾ ਚਾਰਾ, ਹੁਣ ਹਰੇ ਚਾਰੇ ਦੀ ਵੀ ਇੱਕ ਸਮੱਸਿਆ ਸੀ, ਹਰੇ ਚਾਰੇ ਦਾਬ 'ਚ ਆ ਜਾਂਦਾ, ਜਿਹੜੇ ਜ਼ਿਮੀਦਾਰ ਜਾਣਦੇ ਆ ਦੋ ਦਿਨਾਂ ਤੋਂ ਬਾਅਦ ਭਰੀਆਂ ਦੇ ਵਿੱਚ ਉਹ ਜਿਹੜੀ ਆਪਣੇ ਦਾਬ ਆ ਜਾਂਦੀ, ਪੀਲਾ ਜਿਹਾ ਪੱਟਾ ਹੋ ਜਾਂਦਾ, ਪਸ਼ੂ ਖਾਂਦਾ ਨਹੀਂ। ਅਸੀਂ ਕੱਲ੍ਹ ਇੱਕ ਫਤਿਹਗੜ੍ਹ ਦੇ ਕੋਲ ਖੰਨੇ ਦੇ ਕੋਲ ਇੱਕ ਫੈਕਟਰੀ ਆ ਜਿਹਦੇ ਨਾਲ ਅਸੀਂ ਕੱਲ੍ਹ ਨੈਗੋਸ਼ੀਏਸ਼ਨ ਕੀਤੀ ਆ, ਉਹ 4.5 ਰੁਪਏ ਕਿਲੋ ਦੇ ਹਿਸਾਬ ਨਾਲ ਸਾਨੂੰ ਅਚਾਰ ਜਿਹੜਾ ਮੱਕੀ ਦੇ ਟਾਂਡਿਆਂ ਤੋਂ ਬਣਦਾ ਉਹ ਅਸੀਂ ਅੱਜ ਤੋਂ ਪ੍ਰਕਿਰਿਆ, ਕੱਲ੍ਹ ਨੂੰ ਪਟਿਆਲੇ, ਕੱਲ੍ਹ ਨੂੰ ਇੱਦਾਂ ਆਪਣੇ ਸੁਲਤਾਨਪੁਰ ਲੋਧੀ ਮੈਂ ਆਪ ਜਾਊਂਗਾ, ਇਹ ਅਸੀਂ ਸਾਰੇ ਯਤਨ ਕਰ ਰਹੇ ਹਾਂ ਕਿ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਸੰਸਥਾ ਆ, ਇਸ ਕਰਕੇ ਇਹ ਕੋਈ ਕਿਸੇ 'ਤੇ ਆਸਾਨ ਨਹੀਂ ਕਰਦੀ, ਨਾ ਕੋਈ ਇਹਦਾ ਕਿਸੇ ਦਾ ਆਸਾਨ ਜਤਾਇਆ ਜਾਂਦਾ, ਆਪਣੇ ਹਿੱਤਾਂ ਦੀ ਪੂਰਤੀ ਲਈ ਨਹੀਂ, ਲੋਕਾਂ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਅਸੀਂ ਆਪਣਾ ਸਾਰੇ ਦਾ ਸਾਰਾ ਜਿਹੜਾ ਆ ਉਹ ਯਤਨ ਜਾਰੀ ਰੱਖਾਂਗੇ। ਬੇਨਤੀ ਕਰੋ ਕਿ ਤੁਹਾਡਾ ਫਰਜ਼ ਬਣਦਾ ਇਹ ਸ਼੍ਰੋਮਣੀ ਕਮੇਟੀ ਦੇ ਮਾਮਲੇ ਨੂੰ ਤੁਸੀਂ ਨਜ਼ਰ ਤਾਂ ਕਰੋ, ਸੇਵਾ ਕਰਨੀ ਆ। ਹਾਂਜੀ, ਉਹ ਅਸੀਂ ਵੱਖ ਵੱਖ ਤੇਰ ਤੇ ਪ੍ਰਤਾਪ ਸਿੰਘ ਤੁਹਾਨੂੰ ਦੇ ਦਿੰਦਾ, ਅਸੀਂ ਉਹ 5-7 ਜਿਹੜੇ ਆ ਆਪਣੇ ਪੁਆਇੰਟ ਸਾਡੇ ਜਿੱਥੇ ਐਗਰੀਕਲਚਰ ਸਾਡੀ ਲੈਂਡ ਜਿੱਥੇ ਚੱਲਦੀ ਸਾਡੀ, ਜਿੱਦਾਂ ਨਾਨਕਿਆਣਾ ਸਾਹਿਬ ਆ, ਗੁਰਦਰਬਾਰ ਸਾਹਿਬ ਦੀ ਫਾਜ਼ਿਲਕਾ ਬੋਰ ਦੇ ਵਿੱਚ ਆ, ਫਾਜ਼ਿਲਕਾ ਦੇ ਕੋਲ, ਉਹ ਅਸੀਂ ਸਾਰੇ 5-4 ਥਾਂ ਲੋਕੇਟ ਕੀਤੇ ਆ, ਉਹ 5-4 ਥਾਂ ਦੇ ਉੱਤੇ ਉਹ ਮੀਡੀਆ ਦੇ ਵਿੱਚ ਦੇ ਦਿਆਂਗੇ ਸਾਰੇ ਤੁਹਾਨੂੰ। ਅੱਛਾ, ਇਹ ਗੱਲ ਮੇਰੀ ਹੁਣ ਮੈਂ, ਚਲੋ ਮੈਨੂੰ ਚੇਤਾ, ਆ ਮੈਂ ਦੱਸਦਾ, ਦੇਖੋ ਮੈਂ ਜਿੱਥੋਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ, ਇਹ ਜਦੋਂ 2016 ਦੇ ਵਿੱਚ 2006 'ਚ ਨੇ 2012 ਦੇ ਵਿੱਚ ਐਗਰੀਮੈਂਟ ਹੋਇਆ ਸੀ 11 ਮਹੀਨੇ ਦਾ, 11 ਸਾਲ ਦਾ, ਉਦੋਂ 1 ਕਰੋੜ ਰੁਪਈਏ ਤੋਂ ਸ਼ੁਰੂ ਹੋਇਆ ਸੀ,
ਅੱਜ ਦੀ ਡੇਟ ਵਿੱਚ ਸਾਨੂੰ 2 ਕਰੋੜ ਰੁਪਈਆ ਪੀ ਟੀ ਸੀ ਜਿਹੜੀ ਆ ਵਿਦਿਆ ਫੰਡ ਚ ਦਿੰਦੇ ਸੀ। ਉਹ ਤੋਂ ਇਲਾਵਾ ਇਹ ਹੁਣ ਫਿਰ ਤੁਸੀਂ ਫਿਰ ਪੱਤਰਕਾਰਾਂ ਨੇ ਕਹਿਣਾ ਜੀ ਵਕਾਲਤ ਕਰਦਾ ਧਾਮੀ ਤਾਂ ਹੁਣ ਵਕਾਲਤ ਲਾ ਪਿਆ ਕਰਨ, ਵਕੀਲ ਬਣ ਗਿਆ ਉਹਨਾਂ ਦਾ। ਮੈਂ ਫੈਕਟ ਐਂਡ ਫਿਗਰ ਦੱਸਦਾ ਕਿ ਇਹ ਫਿਰ 2 ਕਰੋੜ ਅੱਜ ਤੱਕ ਹੁਣ 2 ਕਰੋੜ ਬਣ ਗਿਆ ਉਹਦੇ 'ਚ, ਕਿਉਂਕਿ 10% ਦਾ ਵਾਧਾ ਹੁੰਦਾ ਸੀ। ਉਹ ਤੋਂ ਇਲਾਵਾ ਜਿੰਨੇ ਸਾਡੇ ਪ੍ਰੋਗਰਾਮ ਹੁੰਦੇ ਤੁਸੀਂ ਜਾਣਦੇ ਆ, ਕਿਸੇ ਟੀ ਵੀ ਨੂੰ ਹਾਇਰ ਕਰੋ 3-4 ਘੰਟੇ ਲਈ 5 ਲੱਖ ਰੁਪਈਆ ਲੈ ਲੈਂਦੇ ਆ, ਉਹ ਸਾਰੇ ਅਸੀਂ ਫ੍ਰੀ ਕਰਾਉਂਦੇ ਸੀ, ਚਾਹੇ ਮੰਜੀ ਸਾਹਿਬ ਦੀਵਾਨ ਹਾਲ ਹੋਵੇ, ਚਾਹੇ ਫਤਿਹਗੜ੍ਹ ਹੋਵੇ, ਚਾਹੇ ਰੋਪੜ ਹੋਵੇ, ਚਾਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਵੇ। ਹੁਣ ਅਸੀਂ ਕੇਵਲ 12 ਲੱਖ ਰੁਪਈਆ ਮਹੀਨੇ ਦਾ ਇਹ ਦਰਬਾਰ ਸਾਹਿਬ ਲਈ ਕਿਰਾਇਆ ਹੀ ਦੇਣਾ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਸਾਡੇ ਕੋਲ ਇੱਕਦਮ ਹੁਣ ਅਸੀਂ ਇਨਫਰਾਸਟਰਕਚਰ ਵੀ ਅਸੀਂ ਪਤਾ ਕੀਤਾ, ਕੈਮਰੇ ਪਤਾ ਕੀਤੇ, ਉਹ ਕਹਿੰਦੇ ਜੀ ਘੱਟੋ ਘੱਟ 2 ਮਹੀਨੇ ਲੱਗਣਗੇ, ਕਿਉਂਕਿ ਕੈਮਰੇ ਵੀ ਹਾਈ ਟੈਕ ਲੈਣੇ ਪੈਣੇ ਆ, ਤੇ ਉਹ ਕੈਮਰਿਆਂ ਦਾ ਜਿੰਨਾ ਰੇਟ ਆ ਉਹ ਵੀ ਮੈਂ ਸੁਣ ਕੇ ਹੈਰਾਨ ਰਹਿ ਗਿਆ। ਪਰ ਇਸ ਕਰਕੇ ਅਸੀਂ ਉਹਦੇ ਲਈ ਵੀ ਯਤਨ ਜਾਰੀ ਆ। ਤੇ ਹੁਣ ਤੁਸੀਂ ਫਿਰ ਕਹੋਗੇ ਭਈ ਅਸੀਂ ਮੇਰਾ, ਕਿਉਂਕਿ ਸਾਡੀ ਕੰਸਲਟੇਸ਼ਨ ਮਨੀ ਕੰਸਲਟੇਸ਼ਨ ਨਹੀਂ ਗੀ, ਨਾ ਸਾਡਾ ਇਹ ਕੋਈ ਸਵਾਲ ਆ, ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਦਸਮਾਨ ਦੇ ਨਾਲ ਚੱਲਦੀ ਆ। ਸਤਿਗੁਰੂ ਜੀ ਹੋਰ ਮਾਣ ਬਖਸ਼ਿਸ਼ ਕਰਨ ਦੇ, ਮਾਇਆ ਦੀ ਗੁਰੂ ਸਾਹਿਬ ਕਿਹੜੀ ਹੈਗੀ। ਪਰ ਮੈਂ ਉਦਾਂ ਸਮਾਜਿਕ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਅੱਗੇ ਅਸੀਂ ਕਹਿ ਲਓ ਵੀ ਸਾਨੂੰ ਵਿਦਿਆ ਫੰਡ ਆਉਂਦਾ ਸੀ, ਹੁਣ ਅਸੀਂ ਉਹ ਜਿਹੜੇ ਆ ਕੰਪਨੀਆਂ ਕਿਰਾਏ ਤੇ ਲਈਆਂ 12 ਲੱਖ ਉਹਨਾਂ ਨੂੰ ਮਹੀਨੇ ਦਾ, ਔਰ ਇਹ ਸਿਰਫ 3 ਮਹੀਨੇ ਲਈ ਆ। ਇਹ ਐਗਰੀਮੈਂਟ ਜਿਹੜਾ ਉਸ ਕੰਪਨੀ ਨਾਲ ਅਸੀਂ ਕਰ ਰਹੇ 3 ਮਹੀਨੇ ਲਈ ਆ ਸਿਰਫ, ਉਹ ਤੋਂ ਬਾਅਦ ਸਾਡਾ ਸਾਨੂੰ ਆਸ ਆ ਵੀ ਅਸੀਂ ਲਾ ਲਾਂਗੇ ਚੈਨਲ। ਸੋ ਇਸ ਕਰਕੇ ਦੇਖੋ, ਮੈਂ ਤੁਹਾਨੂੰ ਵੀ ਨਿਮਰਤਾ ਸਾਹਿਬ, ਤੁਸੀਂ ਸਾਰੇ ਸੋਸ਼ਲ ਮੀਡੀਆ ਚਲਾਉਂਦੇ ਆ ਤੇ ਪ੍ਰੈਸ ਵਾਲੇ ਆ, ਇੱਕ ਦੂਜੇ ਦਾ ਸਹਿਯੋਗ ਕਰੀਏ। ਇਹ ਗੁਰੂ ਦਰ ਦੀ ਗੱਲ ਆ, ਸਾਨੂੰ ਰਾਜਨੀਤੀ ਕਰਨੀ ਜਾਂ ਹੋਰ ਕਸ ਤੰਜ ਕੱਸਣੇ ਉਹ ਕਿਤੇ ਹੋਰ ਬਾਹਰਲੇ ਪਾਸੇ ਕੱਸ ਲਈਏ। ਇਸ ਗੁਰੂ ਦਰ ਦੇ ਉੱਤੇ ਜੇ ਕੋਈ ਪੋਜ਼ਿਟਿਵ ਗੱਲ ਚੱਲਦੀ ਆ ਤੇ ਪੋਜ਼ਿਟਿਵ ਆਪਾਂ ਨੂੰ ਹੋਣਾ ਚਾਹੀਦਾ, ਇਹੋ ਮੈਂ ਤੁਹਾਤੋਂ ਵੀ ਆਸ ਰੱਖਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।